ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਆਪਣਾ ਟਿੰਕਾ 082 ਵਾਲਾ ਅੱਜ ਲੱਗਿਆ ਸੋਲਰ ਸਾਫ ਕਰਨ ਤੇ ਅੱਜ ਦੋਹਰਾ ਜਿਹਾ ਹੋਇਆ ਇਹ ਲੱਗਿਆ ਕਹਿੰਦਾ ਕਿ ਕਲੀਅਰ ਕਰ ਦੇਣੇ ਆ, ਮਿੱਟੀ ਨਾ ਹੋ ਗਿਆ ਸੀ ਭਰਿਓ। ਇੱਕ ਸਾਡਾ ਭਰਾ ਇੱਧਰ ਲੱਗਿਆ ਆ, ਆਹ ਦੋ ਜਾਣੇ ਥੱਲੇ ਨੂੰ ਗਏ ਆ ਤੇ ਨਾਲੇ ਨਿਆਣੇ ਪਤੰਗ ਉਡਾਈ ਜਾਂਦੇ ਆ ਉੜਦਾ। ਹਜੇ ਦੇਖਦੇ ਹਾਂ ਥੋੜ੍ਹਾ, ਅਜੇ ਭਾਜੀ ਤਿਆਰ ਹੋ ਰਿਹਾ ਪਤੰਗ ਪਤੁੰਗ ਉਡਾਉਣ ਨੂੰ। ਉੱਦਾਂ ਡੋਰ ਕਿੱਥੇ ਕੱਛੇ ਜੇ ਭਾਈ, ਇਹ ਵੀ ਡੋਰਾ ਲਕੋ ਲਕੋ ਰੱਖਦਾ, ਪੱਧਰਾ ਕਰ ਦੇਣਾ। ਮਿੱਟੀ ਕਾਫੀ ਪੈ ਗਈ ਸੀ ਕਹਿੰਦੇ, ਕਲੀਅਰ ਜਿਹਾ ਕਰ ਦਈਏ। ਸਾਡੇ ਦਾਦਾ ਜੀ ਖੜੇ ਆ ਮਗਰ ਡੰਡਾ ਲੈ ਕੇ, ਕਹਿੰਦੇ ਜੇ ਨਾ ਸਾਫ ਕੀਤਾ ਸੇਵਾ ਖੁੱਲੀ ਆ। ਤੇ ਤੁਸੀਂ ਆਪਣਾ ਕੀ ਵਿਚਾਰ ਸੁਣਾਉਣਾ ਚਾਹੋਗੇ, ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ? ਦੇਖੋ ਨਾ ਹਜੇ ਕੱਪੜੇ ਬਦਲੇ, ਨਾ ਵਾਸਤਾ, ਐਨ ਸਾਡਾ ਬਣ ਰਿਹਾ ਆ ਕਿ ਅਸੀਂ ਵੀ ਪਤੰਗ ਅੜਾਈਏ ਸੋਲਰ ਸਾਫ ਕਰਕੇ ਐਨ ਚੰਗੀ ਤਰ੍ਹਾਂ। ਕਿੱਦਾਂ ਟਿੰਕਾ ਜੀ, ਹੈ ਕੋਈ ਪਲੈਨ? ਅੱਜ ਕਹਿੰਦੇ ਸਬਸਕ੍ਰਾਈਬ 1K ਹੋ ਚੁੱਕਾ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਅੱਜ ਥੋੜੀ ਜੀ ਕਸਰਤ ਜੀ ਕਰ ਲਈਏ ਪਹਿਲਾਂ, ਮੈਂ ਕਿਹਾ ਫਿਰ ਕੇਕ ਦੇ ਵਿੱਚ ਛੁਰੀ ਵੀ ਲਾਣੀ ਆ। ਪੋਚਾ ਟੁੱਟ ਗਿਆ, ਓ ਮਾਈ ਗੋਡ, ਆ ਕੀ ਕਰਤਾ ਬਾਂਸ, ਫੜ ਲਓ ਬਾਂਸ। ਇਹਨਾਂ ਨੇ ਪੋਚਾ ਪੂਚਾ ਖਿਲਾਰ ਮਾਰੇ, 120 ਦਾ ਨੁਕਸਾਨ ਇੱਥੇ ਕਰਾ ਲਿਆ ਆ। ਤੇ ਵਾਈਪਰ ਇਹਨਾਂ ਨੇ ਸੋਲਰ ਵਾਲਾ ਉਹਨਾਂ ਨੇ ਸਪੈਸ਼ਲ ਨਾਲ ਦਿੱਤਾ ਸੀ, ਉਹ ਇਹਨਾਂ ਨੇ ਇੱਦਾਂ ਕਰ ਲਿਆ ਨੇ, ਉੱਦਾਂ ਪਰਲੇ ਪਾਸੇ ਛੱਡ ਦਿੱਤਾ, ਪਿੱਛੇ ਚੱਕਣ ਵੀ ਨਹੀਂ ਗਿਆ ਕੋਈ। ਤੇ ਹੁਣ ਡੰਡੇ ਜੀ ਦੇ ਮੂਹਰੇ ਕੱਪੜਾ ਬੰਨ ਕੇ ਲੱਗੇ ਹੋ ਆ, ਉੱਪਰ ਚੜ੍ਹ ਨਹੀਂ ਸਕਦੇ। ਜੇ ਚੜ੍ਹਨੇ ਤਾਂ ਜੇ ਸਾਡਾ ਟਿੰਕਾ ਚਾਚਾ ਥੋੜ੍ਹਾ ਹਲਕਾ ਹੁੰਦਾ ਸ਼ਾਇਦ ਚੜ੍ਹਾ ਵੀ ਦਿੰਦੇ, ਅਤੇ ਹੁਣ ਇਹਦਾ ਉੱਦੇ ਮੂਹਰੇ ਹੈ ਨਹੀਂ ਚੜ੍ਹਨੇ ਦਾ। ਅਤੇ ਉਹ ਸਾਡਾ ਅਜੇ ਭਾਅ ਜੀ ਲੱਗਿਆ ਐਨ ਕਲੀਅਰ ਜਿਹਾ ਕੰਮ ਕਰਨ। ਅਤੇ ਨਵੇਂ ਸ਼ਹਿਰ ਕਿੱਦਾਂ, ਵਧੀਆ ਰਿਹਾ ਅੱਜ ਜਾਣ ਦਾ ਮਾਹੌਲ? ਅੱਜ KFC ਬੈਠੇ ਗੋਲ ਜੀ ਹੁਣਾਂ ਨਾ, ਸਾਡਾ ਆਉਂਦਾ KFC ਬਣਾਤਾ ਬਾਪੂ ਨੇ, ਆਉਂਦਿਆਂ ਨੇ ਕਹਿੰਦੇ ਇੱਥੇ ਸਾਨੂੰ ਰੋਟੀ ਲੰਗਰ ਲਿਆ ਦੇਣਾ, ਆਰਾਮ ਨਾਲ ਨਜ਼ਾਰੇ ਨਾ, ਚਾਹੇ ਦਿਹਾੜੀ ਦਾ ਹੋ ਚਾਹੇ ਦੋ ਲਾਓ, ਸਾਡੀ ਲੋਹੜੀ ਵਧੀਆ ਮਨਾਤੀ। ਪਾਪਾ ਜੀ ਸਾਡੇ ਇੱਥੇ ਖੜੇ ਆ ਸਾਹਮਣੇ, ਹੈਂ ਜੀ ਸੁਣਾ ਕੋਈ ਆਪਣੀ ਗੱਲਬਾਤ। ਆਵੇ ਗੱਲਬਾਤ ਦੇਖ, ਚੱਲਦਾ ਕਿਤੇ ਗੱਡੀ ਦਾ ਪੇਪਰ ਹੁਣ, ਕਹਿੰਦਾ ਚੱਲਦਾ ਦੇਖ ਕਿਦਾਂ ਗੱਡੀ ਦਾ ਪੇਪਰ ਚੱਲਦਾ। ਨਹੀਂ ਨਹੀਂ ਪਾਪਾ ਜੀ, ਮੈਂ ਮੜਿਆ ਬਲੌਗ ਬਣਾ ਲਵਾਂ, ਵੀਡੀਓ ਬਣਾਵੇ ਪਾਪਾ ਜੀ, ਬਲੌਗ ਬਣ ਰਿਹਾ ਪਾਪਾ ਜੀ। ਵੀ ਆਪਣੇ ਅੱਜ ਸਬਸਕ੍ਰਾਈਬ ਹੋਏ ਗਏ ਆ ਨਾ 1000 ਪੂਰਾ, 1000 ਪੂਰਾ ਹੋ ਗਿਆ, ਬਾ ਕੇਕ ਕੱਟਣਾ ਪਾਪਾ ਜੀ। ਮਗਰ ਮਗਰ ਘੁੰਮ ਰਹੇ ਆ ਮੇਰੀ ਸੇਵਾ ਕਰਨੇ ਨੂੰ, ਤੇ ਅਰੀ ਡਰ ਡਰ ਕੇ ਕਦੇ ਇੱਧਰ ਨੂੰ ਜਾਂਦੇ ਕਦੇ ਉੱਧਰ ਜਾਂਦੇ ਆ ਜੀ, ਦੇਖੋ ਕੀ ਬਣਦਾ। ਤੇ ਟਿੰਕੇ ਚਾਚ ਨੇ ਕਲੀਅਰ ਕਰ ਦਿੱਤਾ ਇੱਕ ਪਾਸਾ, ਮਹਾਰਾਜ ਜੀ ਮੈਂ ਕਰ ਚੁੱਕਾ ਆ, ਦੁਲੇ ਰਾਜਾ ਆ ਗਿਆ ਆ, ਪੈਪ ਖਿੱਚ ਕੇ ਲਿਆ ਆ ਜੀ, ਇਹ ਤਿਆਰੀ ਕਰੇਗਾ ਮੁੰਡਾ ਹੁਣ ਪੂਰੀ। ਤੇ ਟਿੰਕਾ ਜੀ ਜੇ ਬਾਂਸ ਛੋਟਾ ਲੰਬਾ ਲਿਆ ਦੀਏ, ਰਿਪੋਰਟਾਂ ਲੱਗਦਾ ਮੁੰਡਾ ਏਦਾਂ ਜਿੱਦਾਂ ਇੰਗਲੈਂਡ ਜਾ ਕੇ ਕੰਮ ਕਰਦਾ ਹੁੰਦਾ, ਅੱਜ ਸ਼ਿਫਟ ਲਾਉਂਦਾ ਨਾਈਟ ਕਿ ਦਿਨ ਦੀ। ਪਾਪਾ ਜੀ ਨੂੰ ਥੱਲੇ ਜਾਣ ਦੇ, ਆਪਾਂ ਕੰਮ ਵਧੀਆ ਕਰਾਂਗੇ। ਚਾਹ ਪੀਓ ਪਾਪਾ ਜੀ? ਨਹੀਂ ਨਹੀਂ ਪਾਪਾ ਜੀ ਨਹੀਂ ਹੁੰਦਾ, ਬੰਦ ਨਹੀਂ ਹੁੰਦਾ ਕੰਮ, ਤੁਸੀਂ ਜਾਓ ਚਾਹ ਪੀਓ, ਮੈਂ ਹੈਗਾ, ਡੋਂਟ ਵਰੀ ਪਾਪਾ ਜੀ। ਕਲੀਅਰ ਆ ਕੀ ਕਰਦਾ, ਇਹ ਕੀ ਕਰਦਾ ਅਜੇ, ਇੱਕ ਵਾਰ ਫਿਰ ਤੋਂ ਕਰਕੇ ਹਾਲ ਦੇ, ਇਹਦੇ ਵਿੱਚ ਤੀ ਅਜੇ ਦਾ ਡੇਲਾ ਦਿਸੇਗਾ। ਕੀ ਇਹ ਗੱਲ ਸਮਝ ਲੱਗੀ ਤੁਸੀਂ, ਕਿੱਦਾਂ ਇਹਦੀ ਗੱਲ ਸਮਝ ਲੱਗੀ, ਕੀ ਕਹਿੰਦੇ ਕੀ ਕਹਿੰਦਾ ਦੇਖੋ, ਅੱਜ ਥੋੜਾ ਜਿਹਾ ਸਾਡਾ ਟਿੰਕਾ ਚਾਚਾ ਖੁਸ਼ੀ ਜ਼ਿਆਦਾ ਆ, ਅੱਜ ਖੁਸ਼ੀ ਜ਼ਿਆਦਾ ਕਿ ਸਾਡੇ 1000 ਸਬਸਕ੍ਰਾਈਬ ਹੋ ਗਏ, ਤੇ ਆਪਾਂ ਅੱਜ ਕੇਕ ਕੱਟਣਾ ਤੇ ਲੱਕੀ ਲੈਣ ਗਿਆ ਆ, ਤੇ ਲੱਕੀ ਵੀ ਆਪਾਂ ਬਲੌਗ ਚਾਚੇ ਲਿਆਣਾ। ਠੀਕ ਹੈ ਜੀ, ਤੁਹਾਨੂੰ ਲੱਕੀ ਭਾਈ ਦਿਖਾਉਂਦੇ ਆ, ਸਾਡੇ ਅਜੇ ਭਾਜੀ ਨੇ ਪਬਜੀ ਦਾ ਪਹਿਲਾਂ ਬਹੁਤ ਸ਼ੌਂਕ ਸੀਗਾ, ਵੀਡੀਓ ਵਿੱਚ ਆਇਆ ਲੱਕੀ ਕਈ ਵਾਰ, ਹਾਂਜੀ ਹਾਂਜੀ, ਇਹ ਮਿਡਲ ਫਿੰਗਰ ਨਾ ਨਹੀਂ ਕਹੀਦਾ ਹੁੰਦਾ, ਆਪਾਂ ਨੇ ਐਂ ਕੀਤਾ ਵੀ। ਠੀਕ ਹੈ ਜੀ, ਤੇ ਹਾਂ ਮੈਨੂੰ ਲੱਗਦਾ ਹਸਤਬਾਜ਼ੀਆਂ ਮੈਂ ਉਡਾਈ ਜਾਂਦੇ ਲੋਕ, ਹਾਂ ਦੇ ਬਾਂਸ ਫੜ ਹੋਏ ਅਜੇ, ਆ ਕੇ ਬਾਂਸ ਫੜ, ਫੜਾਣਾ ਇਹਨੂੰ ਬਾਂਸ, ਕਿੱਦਾਂ ਕਰਨੀ ਅਜੇ, ਫੜ ਲਾ ਫੜ ਲਾ ਫੜ ਲਾ ਫੜ ਲਾ। ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ? ਹੈਲੋ ਭਾਜੀ,
ਇਹ ਥੋੜਾ ਜਿਹਾ ਸੰਗਦਾ ਹੀ ਰਹਿੰਦਾ ਉਹ ਨਹੀਂ ਕੋਈ ਗੱਲ ਉਦਾਂ ਮੁੰਡਾ ਬਥੇਰਾ ਆ ਕੰਮਕਾਰ ਬਥੇਰਾ ਕਰਦਾ ਸਾਥਰਾ ਦਿੱਤਾ ਜੀ ਤਿੰਨੇ ਫਾੜੀਆਂ ਰੋ ਕੱਟੀਆਂ ਪੂਰੀ ਬਾਦੀ ਲਓ ਜੀ ਇਹ ਰਸ ਕੱਢੀ ਗਏ ਇਹ ਰਸ ਕੱਢੀ ਗਏ ਆਹੋ ਗੁੰਦਰ ਵਾਲੇ ਦੋਏ ਭਰਾ ਮੂਝੇ ਬਾਤੇ ਲਓ ਜੀ ਕੀ ਬਾਤੇ ਰਸਗੁੱਲੇ ਦੋਏ ਕਹਿੰਦਾ ਮੂੰਹ ਚ ਬਾਤੇ ਇੱਕ ਅੱਧੇ ਲਈ ਸਾਡੇ ਪਸੰਦ ਤੇ ਇੱਕ ਉਦੋਂ ਹੀ ਸਾਡੇ ਪਸੰਦ ਓ ਮਾਈ ਗੋਡ ਅਜੇ ਭਾਈ ਕੋ ਕਹਿਣ ਚੱਲੇ ਇਹਨੂੰ ले भाई टिंका खिंच गया बांस मारिया घुमा के कहता भैन मैं बैठा को खड़ के बाद च करा सब को भैन दी जा गया दो दो जैकटा पा के लगे तेन उदा ही लियो भाजी लियो लो जी टिंका चाचा हो गया रेडी इथे को कान लगा हूं बह के मैं थले सिटिया ਇਹ ਨਵਾਂ ਲਿਆਂਦਾ ਸੀ ਉਦਾਂ ਬਈ ਅੱਜ ਤਾਂ ਐਨ ਹੱਥਾਂ ਹੱਥਾਂ ਦਾ ਰੈਂਚ ਬਣਾ ਲੈਣਾ ਕਹਿੰਦਾ ਹੱਥਾਂ ਦਾ ਬਣਾਤਾ ਜਾਨ ਤਾਂ ਪੂਰੀ ਲਾਤੀ ਐ ਗੱਭਰੂ ਜਵਾਨ ਨੇ ਫੋਨ ਵਿੱਚ ਤਾਂ ਨਾ ਡੈਪੂਗਾ ਟੈਂਕੀ ਚ ਪਾਣੀ ਥੋੜਾ ਹੀ ਉਹਦਾ ਤੇ ਸਾਫ ਵੀ ਕੀਤੀ ਉਹ ਦੇ ਦਿਖਾੜਦਾ ਸਾਫ ਕੀਤੀ ਉਹ ਭੈਣ ਚੋ ਦੇਖ ਪੂਰੀ ਜੰਮਿਆ ਉਹ ਮੈਂ ਦੀ ਜਾ ਗਿਆ ਅੱਜ ਤਾਂ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਏ ਤੇ ਇਹ ਪਿੰਡ ਬਹੁਤ ਭਾਗਾਂ ਵਾਲਾ ਆ ਇੱਥੇ ਸਾਡਾ ਪਿੰਡ ਤਾਂ ਭਾਗਾਂ ਵਾਲਾ ਇੱਥੇ ਆ ਜਾ ਭਾਜੀ ਆਇਆ ਨਾ ਕੰਮ ਬਲੈਕ ਕਰ ਦੇ ਹੈ ਨਹੀਂ ਕਰ ਦੇ ਕੀ ਕਹਿੰਦੇ ਭਾਈ ਤੁਸੀਂ ਮੈਂ ਬਲੌਗ ਬਣਾ ਲਓ ਬਲੌਗ ਬਣ ਰਿਹਾ ਆ ਉਧਰ ਟਿੰਕਾ ਚਾਚਾ ਲੱਗਿਆ ਆ ਪੂਰੀ ਗੱਲਬਾਤ ਜੀ ਐਂਡ ਕਰਾਣ ਉਹ ਕੋ ਚੂੜੀ ਦੇ ਪੈਪ ਚੜ ਗਿਆ ਲੱਗਿਆ ਤਾਂ ਪਤੰਗ ਵੀ ਪਿੰਡ ਉੱਡ ਰਹੇ ਆ ਸ਼ਾਇਦ ਤੁਹਾਨੂੰ ਦੇਖਦੇ ਹੋਣ ਮਾੜੇ ਮਾੜੇ ਤੇ ਹਲੇ ਮੋਟਰ ਦਾ ਚਲਾ ਲਵੇਂ ਦੇਖੋ ਤੇ ਉਹ ਮਹਾ ਗਿਆ ਜੀ ਕਿੱਦਾਂ ਜੀ ਹੋ ਸੁਣਾਓ ਕਿੱਦਾਂ ਫਿਰ ਤਾਂ ਠੀਕ ਠਾਕ ਆ ਤੁਹਾਡੀਆਂ ਜੀ ਅਸੀਂ ਅੱਜ ਜਗ੍ਹਾ ਤੇ ਲੱਗੇ ਹੋ ਸੀਗੇ ਜੀ ਤੇ ਸਪਾਈਸ ਵੀ ਖਾਣ ਲੱਗੇ ਸੋਲਰ ਦੀ ਤੇ ਸੋਲਰ ਗੰਦਾ ਬਹੁਤ ਹੋਇਆ ਸੀਗਾ ਤੇ ਬਾਕੀ ਮੈਂ ਕਿਹਾ ਚਲੋ ਆਪਾਂ ਸਾਫ ਸੂਫ ਕਰ ਲੈਂਦੇ ਆ ਤੇ ਆ ਤੁਸੀਂ ਦੇਖਦੇ ਆ ਪਤਾ ਕੀ ਚੱਕਰ ਦਾ ਯਾਰ ਆਪਣੇ ਨਾ ਲਾਈਟ ਦੇ ਹਿਸਾਬ ਨਾਲ ਨਾ ਉਸ ਹਿਸਾਬ ਨਾਲ ਸਾਫ ਕਰਨਾ ਪੈਂਦਾ ਧੁੰਦ ਪੈਂਦੀ ਤੇ ਮੈਂ ਕਿਹਾ ਚਲ ਮੈਂ ਸਾਫ ਨਹੀਂ ਪਹਿਲਾਂ ਕੀਤਾ ਸੀਗਾ ਤੇ ਧੁੰਦ ਪੈਣ ਨਾਲ ਫਿਰ ਥੋੜਾ ਜਿਹਾ ਗੰਦਾ ਜਿਹਾ ਹੋਇਆ ਸੀਗਾ ਮਿੱਟੀ ਬਹੁਤ ਜੰਮੀ ਸੀਗੀ ਤੇ ਸਾਡੇ ਲੰਬੜਦਾਲ ਜੀ ਵੀ ਘੁੰਮਦੇ ਨੇ ਪਹਿਲਾਂ ਆਪਾਂ ਨਵੇਂ ਜਾ ਕੇ ਆਏ ਸੀਗੇ ਗੋਲਦੀ ਗੂੜੀ ਹੁਣੀ ਆਏ ਸੀਗੇ ਤੇ ਪਹਿਲਾਂ ਘੁੰਮ ਫਿਰ ਕੇ ਆਏ ਆਪਾਂ ਸਾਰੇ ਤੇ ਹੁਣ ਆਪਾਂ ਆਏ ਸੀਗੇ ਘਰ ਨੂੰ ਤੇ ਸਾਨੂੰ ਆਉਂਦਿਆਂ ਨੂੰ ਇਹਦੇ ਸੋਲੋ ਸਾਫ ਕਰਨ ਲਾਤਾ ਤੇ ਇਹਦਾ ਗੱਡੀ ਗੁੱਡੀ ਵੀ ਨਹੀਂ ਖੜੀ ਕਰਨ ਦਿੱਤੀ ਬਾਪੂ ਸਾਨੂੰ ਪਹਿਲਾਂ ਹੀ ਬਾਜਾ ਮਾਰ ਲਾ ਪਿਆ ਕੇ ਕਹਿੰਦਾ ਜਗ੍ਹਾ ਤੇ ਜਾ ਕੇ ਆਊ ਕਹਿੰਦਾ ਸਫਾਈ ਕਰਨ ਵਾਲੀ ਆ ਸੋਲੋ ਦੀ ਮੁੱਢ ਚੱਲ ਪਈ ਬਲ ਪਿਆ ਆਇਆ ਓਏ ਅਜੇ ਅੱਜ ਲੱਗਾ ਆ ਪਾਣੀ ਅਜੇ ਭਾਜੀ ਸਬਸਕ੍ਰਾਈਬ ਕਰਤਾ ਸਾਡਾ ਤੇ ਤੁਸੀਂ ਸਾਨੂੰ ਬਹੁਤ ਸਪੋਰਟ ਕੀਤੀ ਆ ਤੇ ਬਾਕੀ ਆਪਾਂ ਹੁਣ ਸੋਲਰ ਦੀ ਸਫਾਈ ਕਰਦੇ ਆ ਤੇ ਥੱਲੇ ਨਾ ਕਿਹਦਾ ਸਿਰ ਨਾ ਲਾਦੀ ਓਏ ਉਹ ਨਾ ਇੱਥੇ ਪੰਚਾਇਤ ਕਰਾ ਦੀ ਮੇਰੇ ਦੁਆਲੇ ਲੋਹੜੀ ਵਾਲੇ ਦਿਨ ਅੱਛਾ ਚੜਾਈ ਯਾਰ ਪੈਪ ਖੁੱਲ ਗਿਆ ਘੁੱਟ ਨਾ ਮੋਦੇ ਹੋ ਤੇ ਬਾਕੀ ਤੁਸੀਂ ਸੁਣਾਓ ਹੋਰ ਠੀਕ ਠਾਕ ਹੋ ਸਭ ਵਧੀਆ ਜੀ ਤੇ ਅਸੀਂ ਅੱਜ ਸਾਡਾ ਲੱਕੀ ਸਾਡਾ ਲੈਣ ਕੇ ਆਇਆ ਜੀ ਆਪਣਾ ਕੇਕ ਤੇ ਉਹ ਕਹਿੰਦਾ ਮੈਂ ਕੇਕ ਲੈ ਕੇ ਆਉਣਾ ਭਾਈ ਤੁਹਾਨੂੰ ਤੇ ਆਪਣਾ ਉਹ ਨਹੀਂ ਨਿਕਲ ਜਾਣਾ ਨਹੀਂ ਨਿਕਲਣਾ ਛੱਡ ਦੇ ਧੱਕ ਦੇ ਗਾਂ ਨੂੰ ਤੇ ਬਾਕੀ ਕੀ ਕਰ ਗਏ ਉਹ ਪਾਣੀ ਨਾ ਬੰਦ ਕਰ ਪੈ ਪਾ ਥੱਲੇ ਮੋਟਰ ਪਾੜ ਜਾਣੀ ਆ ਤੇ ਬਾਕੀ ਆਪਾਂ ਲੱਗੇ ਹੋ ਆ ਤੇ ਚੌਦਾਂ ਛੋਰਾਂ ਦੇ ਕੰਮ ਕਰਦਾ ਸਾਡੇ ਬੱਚੇ ਆਏ ਹੋ ਆ ਹਾਂ ਬਈ ਕਿੱਦਾਂ ਠੀਕ ਠਾਕ ਹੋ ਠੀਕ ਠਾਕ ਆ ਤੇ ਟਿੰਕਾ ਸਾਡਾ ਥੋੜਾ ਜਿਹਾ ਆ ਲਓ ਜੀ ਹਾਂਜੀ
आ गया जी थोड़ा टेंका जी ते आ गए लकी हुई सारे मुंडे अपने केक लै गए ते एक केक दा 1000 सब्सक्राइब होए दा केक लै के आए जी अपने ते सारे इकट्ठे होए जी बहुत बहुत थैंक यू थोड़ा भाजी ते शुक्रिया थोड़ा इन्ना इज्जत मान देने दी साडा ते बाकी केक दा स्टार्ट हो इधर केक वंडन अपना एक हो गया बन के कंप्लीट बहुत बहुत थैंक्स सारे दा भाई लगे साडे बंदे लै वे खुशी नीना दी मान अज तां तुसी सारेयां दे तुहाडे सत्कार नाल खुशी खुशी हो गई खुशी खुशी साडे लक्की भाजी हुणी ऐन पूरा स्वागत कर दे सारेयां दा पूरा हाले आप भी खा लो उहनू खिलाई जाणा उहनू ही खिलाणा बाद च खा लांगे तुसी खा लियो बाद च इतना मेहनत बोलिया दे दे इहनू इक ओ साले तै सिट देना फोर थल्ले लाओ भी इधर आ जा मैं फड़ो सालेओ मैं भी आणा बस बंद भी कर ली हां केक कट लिया जी पीस करते केक खान लगे नौजवान साडे ते हिसाब ना खाओ कदी मुहे नू किदा सी राणा बेकरी इना खिला पाता यार तुसी केक खान लगे न्याणे नजारे है लंबरदार जी क्या गल गत्ता देखी थले टेपा ना अगला भाई ओ तू ना नेड़े जाए दे ओ अग च बहुत ना अग च लकी खा ला ओए खाला लै गया केक अपने प्याज इन्हें प्याज ना भरा ली मैं भाई लंबरदार जी नहीं लगे मुंह ना खान लगे हो है मुंह ना खाने भाजी है
ਆ ਕਿਦਾਂ ਮੂੰਹ ਭਲੇ ਆਏ ਨੇ ਜਿਦਾਂ ਅਜਨ ਕਹਿੰਦਾ ਹੈਗਾ ਓ ਚੱਕੋ ਖਾ ਲਏ ਉਹਨੂੰ ਹੁਣ ਲੱਗੀ ਚੱਕ ਦੋ ਤਾਂ ਆ ਲੈ ਲਓ ਅੱਧਾ ਪਿਆ ਭਾਜੀ ਮੁਸ਼ਕ ਗਿਆ ਆ ਜਾ ਗਲਤ ਗੱਲ ਵਾ ਲੈ ਵੇ ਕੀ ਖਾ ਲਿਆ ਤੇ ਲੱਕੀ ਤੇਰਾ ਪਿਆ ਸਾਕੇ ਤੂੰ ਹੀ ਖਾ ਲਾ ਨਾ ਬਸ ਉਹਦੀ ਮੈਂ ਨੀ ਖਾਣਾ ਮੈਂ ਖਾ ਲਿਆ ਲੈ ਬਈ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜੀ ਤੇ ਸਾਨੂੰ ਇੰਨਾ ਪਿਆਰ ਦੇਣ ਲਈ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਾਈ ਜਾਇਓ ਜੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਗਾਂ ਦੇ ਗਾਂ ਦੀ ਅੱਜ ਤੁਹਾਡੇ ਨਵੇਂ ਤੋਂ ਨਵਾਂ ਬਲੌਗ ਆਊਗਾ ਤੁਹਾਨੂੰ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਸ਼ੁਕਰੀਆ ਹੈ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਾ ਦਿਓ ਓਕੇ ਥੈਂਕ ਯੂ ਹਾਂਜੀ ਗੁੱਡ ਮਾਰਨਿੰਗ ਆ ਗਿਆ ਤੁਹਾਡਾ 0812 ਟੈਂਕਾ ਜੀ ਅਤੇ ਕਿੱਦਾਂ ਹੋਰ ਸੁਣਾਓ ਠੀਕ ਠਾਕ ਹੋ ਸਾਰੇ ਤੁਸੀਂ ਅਤੇ ਅੱਜ ਅਸੀਂ ਜਾਣਾ ਹੈ ਜੀ ਵਿਆਹ ਨੂੰ ਅਤੇ ਵਿਆਹ ਦੀ ਤਿਆਰੀ ਆ ਅਤੇ ਮੈਂ ਚੱਲਾਂ ਸ਼ਹਿਰ ਨੂੰ ਦਾਲ ਟੁੜੀ ਵਿਰਾਣ ਅਤੇ ਆਪਣੀ ਬੱਗੀ ਤਿਆਰ ਕੀ ਸਟਾਰਟ ਕੀਤੀ ਉਹ ਤਿਆਰ ਹੋ ਰਹੀ ਆ ਅਤੇ ਇਹਨੂੰ ਲੈ ਕੇ ਜਾਣਾ ਆ ਅਤੇ ਬਾਕੀ ਦੇਖਦੇ ਹਾਂ ਕੀ ਮਾਹੌਲ ਆ ਵਿਆਹ ਦਾ ਕਿੱਦਾਂ ਕੀ ਹਿਸਾਬ ਦਾ ਵਾ ਲੈ ਬਾਈ ਅਜੇ ਹੁਣੇ ਵੀ ਨਿਕਲੇ ਇੱਧਰ ਨਹਾ ਕੇ ਕਿੱਧਰੋਂ ਆਇਆ ਓਏ ਉਹ ਅਜੇ ਇੱਧਰ ਕਿੱਧਰ ਚਲਾ ਗਿਆ ਹੈਂ ਇੱਧਰ ਕਿੱਧਰ ਚਲਾ ਗਿਆ ਦੇਖਦਾ ਆ ਬਈ ਇਹ ਨਜ਼ਾਰਾ ਤਾਂ ਇਹ ਲੈਂਦਾ ਹੈ ਖੁੱਲ੍ਹੇ ਆਸਮਾਨ 'ਚ ਦੇਖਦਾ ਹੈਗਾ ਹਾਂ ਚਾਰ ਇਹ ਜੀ ਆਪਣਾ ਜਨਮ ਸ਼ਿਫਟ ਇਹ ਰੱਖਿਆ ਪਾਲਿਆ ਇਹਨੂੰ ਅਸੀਂ ਹੁਣ ਸਾਲ ਦਾ ਹੋ ਗਿਆ ਇਹ ਕਹਿੰਦਾ ਮੈਨੂੰ ਖੋਲ੍ਹੋ ਉਹਦੇ ਝਾਤੀਆਂ ਮਾਰਦਾ ਬਾਹਰ ਆਉਂਦੇ ਦੇਖਦਾ ਹੋਰ ਖੋਲ ਇਹਨੂੰ ਦੇਖ ਕਿੱਦਾਂ ਜਾਂਦਾ ਇਹ ਉਹ ਲੰਬੜ ਨੂੰ ਫੋਨ ਕੀਤਾ ਲੰਬੜ ਸੁੱਤਾ ਪਿਆ ਸਾਰਾ ਹਜੇ ਹੈਂ ਅੱਛਾ ਦੇਖ ਬਈ ਮੈਂ ਜੁੱਤੀਆਂ ਲਪੇਟ ਰਹੀਆਂ ਸਾਰੀਆਂ ਦੇਖ ਯਾ ਵੀ ਗਿਆਨੀ ਜੀ ਸਵੇਰੇ ਦੁਕਾਨ ਖੋਲ ਲਈ ਹੈ ਗਿਆਨੀ ਜੀ ਜਰਨੈਲ ਸਿੰਘ ਸਾਡੇ ਜਰਨੈਲ ਸਿੰਘ ਜੀ ਨੀ ਆ ਚਾਂਜੀ ਸੁਣੀ ਆ ਯਾ ਵੱਡਾ ਆ ਆ ਛੋਟਾ ਆ ਤਦ ਤੋਂ ਆਹ ਬੜਾ ਲੱਗਦਾ ਆਹ ਛੋਟਾ ਲੱਗਦਾ ਹੈ ਅਜੇ ਓਦਾਂ ਆਹ ਬੜਾ ਲੱਗਦਾ ਆਹ ਛੋਟਾ ਲੱਗਦਾ ਤੈਨੂੰ ਅਜੇ ਕਿੱਥੇ ਆ ਗਿਆ ਅਜੇ ਤਾਂ ਆ ਖੜਾ ਸੰਗਦੇ ਆ ਨਿਆਣੇ ਹੈਲੋ ਕਰਦੇ ਅੰਜ ਦਿਲੇ ਭਾਈ ਹੈਲੋ ਕਰਦੇ ਕਰਦੇ ਯਾਰ ਕਰਦੇ ਮੈਂ ਭਰਾ ਨੀ ਵੇ ਇਹਦਾ ਪਟਾਕਾ ਪਾਉਣਾ ਤੂੰ ਗੈਵੀ ਗੈਵੀ ਅਜੇ ਕਿੱਦਾਂ ਕੰਮ ਚੱਲੀਏ ਸ਼ਹਿਰ ਨੂੰ ਕਹਿ ਨੀ ਜਾਣਾ ਕਾਹਦੇ ਲੈ ਕੰਮ ਕਦੀ ਜਾਣੇ ਚੱਲ ਚੱਲੀਏ ਆ ਜਾਓ ਆ ਜਾ ਗੈਵੀ ਓਏ
आजा इधर आया जी लाऊं गैबी ले भाई ਤੈਂ ਸਵੇਰੇ ਖਾਦੇ ਨਾਲ ਕੱਢ ਕੇ ਤੈਂ ਹੈਂ ਕੱਲ ਖਾਦੇ ਆ ਇਹ ਮਤਲਬ ਸੇਵਾ ਹੁੰਦੀ ਤੈਨੂੰ ਓਏ ਇਹ ਕੰਮ ਨਹੀਂ ਕਰਨਾ ਨੋ ਲਓ ਜੀ ਪਸ਼ੂ ਵੇਚਤੇ ਨੀ ਪਸ਼ੂ ਵੇਚਤੇ ਸਾਰੇ ਕਹਿੰਦੇ ਜੀ ਪਸ਼ੂ ਵੇਚਤੇ ਮੇਰੇ ਵੀਡੀਓ ਕੰਮ ਖੇਚਤਾ ਕਹਿੰਦੇ ਹੁਣ ਵਿਹਲਾ ਕਰਤਾ ਸਾਰਾ ਤਾਂ ਦੋਏ ਰੱਖੇ ਅਸੀਂ ਹੁਣ ਓਏ ਬੰਦਿਆਂ ਦੇ ਕੰਮ ਕਰ ਨਾ ਬਈ ਵਿਹਲੇ ਹੋ ਗਏ ਅਜੋ ਜੰਮੀਆਂ ਨੂੰ ਖੇਚੀ ਚੂਹਾ ਨਿਕਲਣਾ ਹਲਿਓ ਹੈਗੇ ਕਰਦੇ ਨੂੰ ਦੇਖੇ ਨਿਕਲ ਗੈਵੀ ਨੂੰ ਬਾਜ ਮਾਰ ਚੈਰੀ ਨੂੰ ਚੈਰੀ ਆਜਾ ਚੱਕ ਉੱਥੋਂ ਦੇਖੀ ਚੂਹੇ ਆਉਂਦੇ ਖਿੱਚਵਾ ਨੂੰ ਉੱਪਰ ਨੂੰ ਉਹ ਫੜ ਕੇ ਰੱਖੀ ਜਗਾੜ ਜਾ ਹੈਗੇ ਆ ਯਾਰ ਕਿੱਥੇ ਗਏ ਉਹ ਕਿੱਥੇ ਅਸੀਂ ਪਸ਼ੂ ਵੇਚਤੇ ਜੀ ਸਾਰੇ ਪਸ਼ੂ ਦੇਤੇ ਆ ਵਿਹਲੇ ਹੋ ਗਏ ਹੁਣ ਨੌਜਵਾਨ ਨਹੀਂ ਬਈ ਪਸ਼ੂਆਂ ਦਾ ਕੰਮ ਖੇਚਤਾ ਚੂਹਾ ਲੱਭਦਾ ਅਜੇ ਅਜੇ ਚੈੱਕ ਕਰਦਾ ਚੂਹੇ ਚਾਹੇ ਤਾਂ ਨਹੀਂ ਕਿਤੇ ਇਕੱਠੇ ਕੀਤੇ ਅੰਦਰ ਇਹ ਖਾਂਦੇ ਨਹੀਂ ਨਾ ਇਹ ਆਉਂਦੇ ਦੇਖ ਕਿਆ ਕਰਦੇ ਫਿਰਦੇ ਗਏ ਵੀ ਇੱਥੇ ਮੇਰੇ ਕੋਲ ਇੱਥੇ ਆਓ ਇੱਥੇ ਖੜੋ ਇੱਥੇ ਆ ਗਿਆ ਵੀ ਇੱਥੇ ਆ ਜੈ ਵੀ ਇੱਥੇ ਆ ਚਲੋ ਠੀਕ ਆ ਜੀ ਚੱਲਾਂ ਮੈਂ ਬਾਹਰ ਕਿਤਾ ਫਿਰ ਦੇਖਦੇ ਹਾਂ ਅਤੇ ਬਾਕੀ ਤੁਹਾਨੂੰ ਮਿਲਦੇ ਹਾਂ ਆਪਾਂ ਅਤੇ ਪਸ਼ੂ ਹੁਣ ਵੇਚਤੇ ਅਜੇ ਪਸ਼ੂ ਸਾਰੇ ਵੇਚਤੇ ਅਸੀਂ ਅਤੇ ਹੁਣ ਵਿਹਲੇ ਹੋਏ ਹਾਂ ਅਤੇ ਬਾਕੀ ਹੁਣ ਤਾਂ ਕੰਮ ਤਾਂ ਤੁਹਾਨੂੰ ਪਤਾ ਹੀ ਆਪਣਾ ਚੱਲੀ ਜਾਂਦਾ ਮਾੜਾ ਮੋਟਾ ਅਤੇ ਪਸ਼ੂ ਪਸ਼ੂ ਦੇਖਦੇ ਸੀਗੇ ਅਸੀਂ ਚੱਲ ਜਾਣਾ ਬਾਬੇ ਦੇ 20-25 ਦਿਨ ਉੱਥੇ ਲੱਗ ਜਾਣੇ ਆ ਮੁੜ ਕੇ ਆ ਕੇ ਰੱਖਣੇ ਆਪਾਂ ਫਿਰ ਮੁੜ ਕੇ ਆ ਕੇ ਦੇ ਜਾਣੇ ਆ ਹੁਣ ਦੇਖਤੇ ਆ ਉਹ ਕਹਿੰਦੇ ਅਸੀਂ ਰੱਖ ਲੈਂਦੇ ਹਾਂ 20-25 ਦਿਨ ਮਹੀਨਾ ਕੁ ਅਤੇ ਮਹੀਨੇ ਕੁ ਤੋਂ ਬਾਅਦ ਫਿਰ ਆਪਾਂ ਲੈ ਆਉਣੇ ਆ ਉਹ ਨਿਆਣੇ ਹੋ ਇੱਧਰ ਆਓ ਗੈਬੀ ਆਹ ਪੂਰੀ ਸਾਹਮਣੇ ਦਾ ਥਾਂ ਦੇ ਆਹ ਤਾਂ ਸਾਰਾ ਬਸ ਦਿਮਾਗ ਹੀ ਇਹਦਾ ਇਹਦਾ ਦਿਮਾਗ ਹੀ ਹੈ ਨਹੀਂ ਸਾਰੇ ਦਾ ਮੈਂ ਚਲੋ ਤੁਹਾਨੂੰ ਚਲੋ ਠੀਕ ਆ ਜੀ ਮਿਲਦੇ ਅੱਗੇ ਹਾਂਜੀ ਚੱਲ ਪਏ ਜੀ ਬਾਗ ਡਾਣ ਅਤੇ ਮੈਂ ਜਾਈਏ ਅਤੇ ਰਸ਼ ਪੈ ਜਾਣਾ ਉਹਨੂੰ ਮੈਂ ਫੋਨ ਕੀਤਾ ਸੀ ਕਹਿੰਦਾ ਆ ਜਾ ਛੇਤੀ ਨਹੀਂ ਰਸ਼ ਉਸ ਪੈ ਜਾਣਾ ਕਹਿੰਦਾ ਮੈਂ ਕਿਹਾ ਚੱਲ ਜਾ ਜਾਂਦਾ ਵਿਆਹ ਜੇਕਿਆ ਆਇਆ ਦੋਨਾਂ ਪਾਸਿਓਂ ਕਾਟਿਆ ਅਤੇ ਦੋਹਾਂ ਪਾਸੇ ਜਾਣਾ ਪੈਣਾ ਇੱਕੋ ਕੁੜੀ ਵੀ ਆਪਣਾ ਕੁੜੀ ਵੀ ਸਾਡੇ ਇਸ ਤਰ੍ਹਾਂ ਜਿਹਾ ਮੁੰਡਾ ਹੈਗਾ ਮੇਰੇ ਫਰੈਂਡ ਦਾ ਬਲਾ ਆਇਆ ਅਤੇ ਦੋਨਾਂ ਪਾਸੇ ਵਿਆਹ ਆਇਆ ਵਾ ਕਾਰਡ ਆਇਆ ਵਾ ਰਾਤੀ ਜਾਗ ਉੱਥੇ ਜਾਣਾ ਸੀਗਾ ਧੁੰਦ ਧੁੰਦ ਕਰਕੇ ਮੈਂ ਕਿਹਾ ਦਿਲੇ ਨਹੀਂ ਕੀਤਾ ਮੈਂ ਛੱਡ ਕੇ ਆ ਜਾਣਾ ਅਤੇ ਹੁਣ ਜਾਣਾ ਵਿਆਹ ਨੂੰ ਮੈਂ ਕਿਹਾ ਚੱਲ ਜਾ ਜਾਂਦੇ ਹਾਂ ਅਤੇ ਵਿਆਹ ਹੁਣ ਦੋਹਾਂ ਪਾਸੇ ਆਇਆ ਦੋਨਾਂ ਪਾਸੇ ਸਗਨ ਦੇਣੇ ਆ ਜੇ ਅਤੇ ਬਾਕੀ ਦੇਖਦੇ ਹਾਂ ਹੁਣ ਅਤੇ ਕੀ ਬਣਦਾ ਕੀ ਨਹੀਂ ਬਣਦਾ ਪਹਿਲਾਂ ਦਾੜੀ ਦੁੜੀ ਕਟਾ ਲਈਏ ਬਾਬੂ ਕਟਾ ਲਈਏ ਸੈੱਟ ਕਰਾ ਲਈਏ ਫਿਰ ਉਸ ਹਿਸਾਬ ਨਾਲ ਸੈਟਿੰਗ ਕਰਦੇ ਹਾਂ ਕਿਉਂ ਜੀ ਹੈਂ ਅਤੇ ਬਾਕੀ ਸਵੇਰੇ ਘੁੰਮਣ ਗਏ ਸੀਗੇ 6 ਵਜੇ ਸੈਰ ਕਰਨ ਜਾਈਦਾ ਅਤੇ ਹੁਣ ਸ਼ੁਰੂ ਕੀਤਾ ਆਪਾਂ ਮੇਰੇ ਬਾਪੂ ਦੋਨੇ ਜਾਂਦੇ ਹਾਂ ਸਵੇਰ ਨੂੰ 6 ਵਜੇ ਜਾਈਦਾ ਧੁੰਦ ਬਹੁਤ ਹੁੰਦੀ ਠੰਡ ਬਹੁਤ ਹੁੰਦੀ ਆ ਇੱਕ ਧੁੱਪ ਨਹੀਂ ਨਿਕਲੀ ਧੁੱਪ ਨੇ ਬਹੁਤ ਦੁਖੀ ਕੀਤਾ ਆ ਅਤੇ ਬਾਕੀ ਦੇਖਦੇ ਹਾਂ ਹੁਣ ਆਪਾਂ ਕਿ ਸਲਾਹ ਕਿੱਦਾਂ ਕੀ ਆ ਮੇਰੀ ਸਲਾਹ ਹਜੇ ਹੈਗੀ ਆ ਕੋਟ ਪੈਂਟ ਪਾਉਣ ਦੀ ਕੱਪੜੇ ਸੋਚਦਾ ਮੈਂ ਕੀ ਪਾਉਣੇ ਆ ਮੈਂ ਕੋਟ ਪੈਂਟ ਪਾ ਲਈਏ ਕੀ ਪਾਈਏ ਗੱਡੀਆਂ ਖੜੀਆਂ ਮੇਰਾ ਰਸ਼ ਪਿਆ ਉਹਦੇ ਕੋਲ ਹਾਂਜੀ ਆ ਗਏ ਜੀ ਬਾਲ ਬੁਲ ਕਟਾ ਗਏ ਹੈ ਦੇਖ ਤਾਂ ਬਣ ਗਿਆ ਸੁਨੱਖਾ ਮੁੰਡਾ ਕਿ ਨਹੀਂ ਸੁਣਾਓ ਠੀਕ ਠਾਕ ਹੋ ਅਤੇ ਆਪਾਂ ਜਾਣਾ ਹੁਣ ਤਿਆਰੀ ਆ ਵਿਆਹ ਦੀ ਅਤੇ ਬਸ ਚੱਲੇ ਹੁਣ ਜਾ ਕੇ ਨਹਾ ਨੂ ਰਹੀਏ ਜੀ ਅਤੇ ਠੰਡ ਬਹੁਤ ਆ ਧੁੱਪ ਧੁੱਪ ਨਿਕਲੀ ਨਹੀਂ ਅੱਜ ਵੀ ਅਤੇ ਧੁੰਦ ਅੱਜ ਹੈ ਨਹੀਂ ਜੀ
ਧੁੱਪ ਹੀ ਹੈ ਨਹੀਂ ਮਾੜੀ ਮੋਟੀ ਅੱਜ ਦੇਖੋ ਕਿਆ ਕਿਆ ਬਣਦਾ ਅੱਜ ਆਪਾਂ ਇਕੱਲੇ ਹਾਂ ਲੰਬੜ ਹੈ ਨਹੀਂ ਨਾ ਲੰਬੜ ਗਿਆ ਅੱਜ ਲੋਹੜੀ ਲੋਹੜੀ ਖਾਣ ਕੇ ਤਾਂ ਪਤਾ ਨਹੀਂ ਕਿੱਥੇ ਗਿਆ ਆ ਅਤੇ ਬਾਕੀ ਚੱਲੇ ਹਾਂ ਹੁਣ ਦੇਖਦੇ ਹਾਂ ਜੀ ਆ ਗਏ ਨਹਾ ਨੂੰ ਗਏ ਹਨ ਅਤੇ ਬਾਕੀ ਬਾਕੀ ਦੇਖਦੇ ਹਾਂ ਹੁਣ ਅਤੇ ਤਿਆਰੀ ਆਪਣੀ ਅਸੀਂ ਨਿਕਲ ਗਏ ਹਾਂ ਵਿਆਹ ਨੂੰ ਵਿਆਹ ਨੂੰ ਤੁਰ ਪਏ ਹਾਂ ਜੀ ਵਿਆਹ ਦੀ ਤਿਆਰੀ ਹੋ ਗਈ ਆਪਣੀ ਚੱਲੇ ਹਾਂ ਮੈਂ ਨਹਾ ਨੂੰ ਲਿਆ ਸੀਗਾ ਜੀ ਮੈਂ ਚੱਲੀ ਗਿਆ ਟਾਈਮ ਨਾਲ ਹੀ ਅਤੇ ਟਾਈਮ ਨਾਲ ਮੁੜ ਕੇ ਆਵਾਂਗੇ ਬਾਕੀ ਕੰਮ ਕੁੰਮ ਦੇਖਦੇ ਹਾਂ ਕਣਕ ਨੂੰ ਪਾਣੀ ਪੂਣੀ ਲਾਉਣ ਦਾ ਪਿਆ ਹਜੇ ਅਤੇ ਪਸ਼ੂ ਤਾਂ ਆਪਾਂ ਵੇਚ ਵੂਚ ਦਿੱਤੇ ਹੁਣ ਸਾਰੇ ਵਿਹਲੇ ਹੋਏ ਹਾਂ ਅਤੇ ਹੁਣ ਤਾਂ ਖੇਤੀ ਰਹਿ ਕੇ ਇਕੱਲੀ ਖੇਤੀ ਕਰਨੀ ਆਪਾਂ ਇਕੱਲੀ ਹੁਣ ਅਤੇ ਖੇਤੀ ਦੇ ਕਰਨੀ ਇਕੱਲੀ ਬਾਕੀ ਕੰਮ ਕੁੰਮ ਹੋਰ ਵੀ ਹੈਗੇ ਨਾਲ ਆਪਣੀਆਂ ਦੁਕਾਨ ਕੰਮਾਂ ਨਕਸ਼ੇ ਨੁਕਸ਼ਿਆਂ ਦਾ ਕੰਮ ਕਰਦਾ ਮੈਂ ਵੀ ਨਾਲ ਮਾੜਾ ਮੋਟਾ ਰਹਿ ਬਣ ਕੰਮ ਕੁੰਮ ਬਾਬੇ ਦੀ ਕਿਰਪਾ ਨਾਲ ਇੰਨਾ ਕਿਤਾ ਚੱਲਿਆ ਮੇਰੇ ਆ ਬਹੁਤ ਬਾਬੇ ਦੀ ਅਤੇ ਬਾਕੀ ਦੇਖਦੇ ਹਾਂ ਹੁਣ ਆਪਾਂ ਕੀ ਸਲਾਹ ਕੀ ਨਹੀਂ ਹੈਗੀ ਅਤੇ ਉਸ ਹਿਸਾਬ ਨਾਲ ਆਪਾਂ ਹੁਣ ਪਲੈਨ ਪਲੂਨ ਕਰਦੇ ਹਾਂ ਕੋਈ ਚਲੋ ਮਿਲਦੇ ਹਾਂ ਵਿਆਹ 'ਚ ਆ ਗਏ ਨਾ ਅਤੇ ਦੇਖਦੇ ਵਿਆਹ 'ਚ ਕਿਆ ਮਾਹੌਲ ਆ ਕਿਆ ਰੱਖਿਆ ਕੀ ਨਹੀਂ ਹੈਗਾ ਅਤੇ ਬਾਕੀ ਦੇਖਦੇ ਹਾਂ ਬਰਾਤ ਤਾਂ ਹਜੇ ਤੁਰੀ ਨਹੀਂ ਹੈਗੀ ਕੁੜੀ ਵਾਲੇ ਆਏ ਹੋਣੇ ਆ ਕੁੜੀ ਵਾਲੇ ਨੂੰ ਮਿਲਦੇ ਜਾ ਕੇ ਉੱਥੇ ਠੀਕ ਆ ਜੀ ਓਕੇ ਹਾਂਜੀ ਆ ਗਿਆ ਮੁੜ ਕੇ ਹਾਂ ਕਿਆ ਕਰਨ ਲੱਗਾ ਓਏ ਸਾਰਿਆ ਡੇ ਗਿਆ ਇਹ ਮਰੂਦ ਗਿਆ ਮਰੂਦ ਭੈਣ ਚੋ ਮਰੂਦ ਨੂੰ ਡੇ ਕਹੀ ਜਾਂਦਾ ਕਿਆ ਖਾ ਲਿਆ ਓਏ ਭੁਜੀਆ ਕਿਹੜਾ ਖਾਧਾ ਅੱਛਾ ਇਹ ਗੱਲ ਆ ਹੈ ਅਤੇ ਮੁੰਡੇ ਲੱਗੇ ਹੋਏ ਕੰਮ ਕੁੰਮ ਕਰਨ ਕਹਿੰਦੇ ਭਾਅ ਜੀ ਭੁਜੀਆ ਖਾਣਾ ਲੈ ਕੇ ਆ ਭੈਣ ਚੋ ਠੰਡੇ ਤੋੜਿਆ ਮੈਨੂੰ ਹੀ ਨਹੀਂ ਨਾਟੀਆਂ ਦਿੰਦੇ ਆ ਲੈ ਤਾਂ ਚੱਕ ਪੋਚਾ ਲਾ ਦੇ ਤੂੰ ਠੰਡ ਕਾਫੀ ਹੋਈ ਓ ਅਤੇ ਭੈਣ ਚੋ ਦੂਆ ਨਾ ਗਵਾ ਦੇ ਦਾਲ ਆਇਆ ਜੀ ਸਾਡੇ ਸਕੂਲ ਦੀਆਂ ਯਾਦਾਂ ਆਹ ਹੁੰਦਾ ਜੀ ਮੇਰਾ ਸਾਈਕਲ ਲੰਡਾ ਭੈਣ ਚੋਂ ਦੇ ਹੱਥ ਕਰਾਈ ਬੰਦੇ ਦੀ ਆਹ ਕੈਰੀਅਰ ਲਵਾਤਾ ਹੁਣ ਪਹਿਲਾਂ ਐਂ ਨਵਾਂ ਹੁੰਦਾ ਵੀ ਆਈ ਪੀ ਸਿਆਣੀ ਫਤਿਹ ਅਤੇ ਤੁਗਦੀ ਤੁਗਦੀ ਰੱਖ ਕੇ ਮਗਰ ਐਨ ਟੋਰ ਨਾ ਜਾ ਜਾਂਦੇ ਸਕੂਲ ਨੂੰ ਆਪਣਾ ਨਾਂ ਵੀ ਲਿਖਾਇਆ ਸੀ ਐਨ ਖੰਡਾ ਪਾ ਕੇ ਵੀ ਆ ਵਿੱਚ ਦੇ ਸ਼ੇਰ ਵੀ ਲਿਖਾਇਆ ਹੋਇਆ ਸੀ ਬਾਬੇ ਕਿੱਦਾਂ ਸਲਟੇ ਹਾਂ ਓਏ ਸਲਟੇ ਹਾਂ ਕਿਆ ਖਾਂਦਾ ਨਿੰਬੂ ਸਾਂਸਾ ਨਹੀਂ ਖਾਂਦਾ ਹੈ ਲੈ ਤਾਂ ਚੱਕ ਲਿਆ ਜਹਾਜ ਕਿੱਥੇ ਕਿਆ ਖਾਂ ਜਾਣਾ ਕਿੱਥੇ ਲੈ ਤਾਂ ਭੈਣ ਚੋ ਕਹੀ ਵੀ ਲਿਆਂਦੀ ਉਹ ਕਿਹੜਾ ਨੱਕਾ ਮੋੜਦੇ ਦੀ ਓਏ ਕਿਹੜੀ ਬੱਟ ਪਾ ਗਏ ਤੁਸੀਂ ਭੈਣ ਚੋ ਸੰਤ ਦੇ ਆ ਸਾਲਿਆ ਨਿੰਬੂ ਵਾਲੇ ਆ ਚਲੋ ਚਲੋ ਕੁੰਡਾ ਲਾ ਬੰਦਿਆਂ ਨੂੰ ਸੰਤ ਇਹਦਾ ਮੂੰਹ ਚ ਬਾਈ ਆ ਪਹਿਲਾਂ ਹਾਂ ਕੁੰਡਾ ਲਾ ਦੋ ਸੰਤਾ ਚੜ ਗਿਆ ਇਹਨੂੰ ਵਿਆਹ ਬਹੁਤ ਵਧੀਆ ਸੀ ਜੀ ਵਿਆਹ ਚ ਬਹੁਤ ਵਧੀਆ ਕੀਤਾ ਚੱਲ ਸਾਲਿਆ ਸਵਾਲ ਲਈ ਜਾਂਦਾ ਸਾਈਕਲ ਤੇ ਹੈ ਸਾਲਿਆ ਸਮਾਨ ਤਾਂ ਏਦਾਂ ਚੱਕਿਆ ਜਿੱਦਾਂ ਭੈਣ ਚੋਂ ਸਾਡਾ ਪਿੰਡੇ ਧਾਣਾ ਵੱਢ ਕੇ ਆਉਣਾ ਹੁੰਦਾ ਬਾਹਰ ਲੱਗਾ ਹੁੰਦਾ ਪੂਰਾ ਇਹ ਵੀ ਸੁੱਖੀ ਦਾ ਡੈਡੀ ਬਣਦਾ ਰੱਜਾ ਤੋਂ ਨਹੀਂ ਆਏ ਨੀ ਮੈਂ ਲੜੀਆਂ ਲੈਣਾ ਜੇ ਹੈ ਸਵਾਦ ਆ ਖੱਟਾ ਤਾਂ ਨਹੀਂ
ਹੈ ਮਿੱਠਾ ਓਏ ਓ ਹੋਰ ਕਿੱਦਾਂ ਖਾਣਾ ਨਾ ਤੂੰ ਵੀ ਖਾ ਦੇ ਲੈ ਬਈ ਉਹਦਾ ਉਹਦਾ ਕੰਮ ਕਰਦਾ ਨੂੰ ਤੜ ਲਿਆ ਜਾ ਜਾ कहते थोड़ा जहा था वाणा मैं या फलाना ने अभी की हेलो कितना औखा हुआ है कितना औखा हुआ है भाई घाती मुंडिया ने हत कहते कैर करता भी बूटा सो गया ना एक उथे आ भाजी लगे वन पापे ने घरे टिकन दिता दो खेत मक्की बीज दी देख देख कि अच ट्रैक्टर दी लाटा कड़ता है साफ कर देना अज ट्रैक्टर में दब गया दब गया घरे पापे ने डिगन नहीं दिता हूं इथे नू आ गए दो खेत मक्की बीजने बाकी 15-16 खेत कणक दे आ हुण आ पहला सरों भी होगी इधर अपनी आ लगे वह साडा भाजी वाहन हले तक बाय नहीं होया किन्ना टाइम लग गया ले बंद कर लगा हुण ताता बंद हो गया जी बाहर खेत अपना ट्रैक्टर आ गया बाहर लै बे खेत बहुत थोड़ा जहा बाकी देख रहे हूँ की बना वो पाला फाड़ी है ना नवी तो बद ही है बाकी देख के वेले हो जाना हूँ ब्याह लगाई छेती छुट्टी आए मैं काम कुम वेट लीए थोड़ा बहुत जरा है मुझे ठंड हो जाती है मक्की बीजनी है वीरियो वीरियो बोलो बाकी स्कूल न्याणे जाते घर बैठे अच्छा अच्छा हेलो जी वाह रौनक ला दी है भैन जो लंबण पवा लोहड़ी खान गया है डंडे लाते डंडे खड़े करते कहते भैन डंडे ला लाने लै भाई भैन ठीक है ठंड हो पी है मेरे मूंगफली खाई जाने लै भाई भैन तो सड़क बनवा दो कह के सरपंच पिंड वाले शॉपिंग हो रही है लै भाई लै ओ इन्हें बढ़ाना इन्हें बढ़ाना दुनिया का लै भाई क्या कहना वे वो न्याणे बगाड़ने में ला दें हेलो कर दे हेलो ले 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 भाई खोलो तो गेट भैन तो जिंदा लाता अच्छा इन्ना क ब्लॉग साडा बहुत बनया जी इन्ना साडे ब्लॉग नूं प्यार दे दिओ ते वध तों वध शेयर ते सबसक्राइब कर दिओ ते वध तों वध लाइक ते वध तों वध कमेंट कर दिओ जी ठीक है जी ओके थैंक यू थोड़ा बहुत बहुत तो वो सबसक्राइब से वो शेयर से कमेंट कर दे ओके जी थैंक यू।
अगले मिलते हैं अगले ब्लॉग थोन